ਗੁੱਡ ਮਾਰਨਿੰਗ ਸਟੂਡੈਂਟਸ ਇਨ ਟੁਡੇ ਕਲਾਸ ਵੀ ਵਿਲ ਰੀਡ ਲੈਸਨ 5 ਲੈਟਸ ਬੀਗਨ ਵਿਦ ਇਟ ਪਾਠ ਆਪਣਾ 5 ਹੈ ਅੱਜ ਮਾਂ ਦਾ ਪਿਆਰ ਇਹ ਇੱਕ ਕਵਿਤਾ ਹੈ ਜੋ ਕਿ ਅਮ੍ਰਿਤਾ ਪ੍ਰੀਤਮ ਦੀ ਲਿਖੀ ਹੋਈ ਹੈ ਜਿਸ ਬਾਰੇ ਅੱਜ ਅਪਾ ਪੜਾਂਗੇ ਸੱਚ ਪੁੱਛੋ ਤਾਂ ਇਸ ਉਲਾਦ ਪਿਛੇ ਲੱਖਾਂ ਮਨ ਵਿੱਚ ਮੰਨਤਾ ਧਾਰ ਦੀ ਮਾਂ ਮੁੜ ਮੁੜ ਵੇਖਦੀ ਲਾਡ ਪਿਆਰ ਕਰਦੀ ਚੁੰਮ ਚਟ ਕਲੇਜੇ ਨੂੰ ਠਾਰਦੀ ਮਾਂ ਰੀਝਾਂ ਸਦਨਾ ਨਾ ਲੋਪ ਪਾਲਦੀ ਐ ਸਿਰ ਉਤੇ ਔਂਕੜਾ ਲੱਕ ਸਹਾਰਦੀ ਮਾਂ ਹਾਂਜੀ ਮਾਂ ਦੇ ਪਿਆਰ ਨੂੰ ਬਿਆਨ ਕੀਤਾ ਗਿਆ ਇਸ ਕਵਿਤਾ ਰਾਹੀਂ ਕਿ ਜਿਹੜੀ ਮਾਂ ਐ ਆਪਣੀ ਸੰਤਾਨ ਮੈਨੇ ਜਿਹੜੇ ਸ਼ਬਦਾਰਥ ਨੇ ਤੁਹਾਡੇ ਪਹਿਲੀ ਅੰਡਰਲਾਈਨ ਕਰਕੇ ਲਿਖ ਦਿੱਤੇ ਨੇ ਔਲਾਦ ਕਹਿਆ ਜਾਂ ਸੰਤਾਨ ਨੂੰ ਕਿ ਆਪਣੀ ਸੰਤਾਨ ਪਿੱਛੇ ਉਹ ਬਹੁਤ ਮਨਤਾ ਮੰਗਦੀ ਐ ਕਿ ਮੇਰਾ ਬੱਚਾ ਹੋ ਜਾਵੇ ਇਸ ਤੇ ਨਾ ਫਿਰ ਜਦੋਂ ਹੋ ਜਾਂਦਾ ਐ ਫਿਰ ਉਹਨੂੰ ਲਾਡ ਪਿਆਰ ਨਾਲ ਪਾਲਦੀ ਐ ਚੁੰਮਦੀ ਆ ਉਹਨੂੰ ਚੱਟਦੀ ਆ ਉਹਨੂੰ ਕਲੇਜੇ ਨਾਲ ਆਪਣੇ ਲਗਾ ਕੇ ਆਪਣਾ ਕਲੇਜੇ ਨੂੰ ਕਲੇਜੇ ਨੂੰ ਸਕੂਨ ਵਿੱਚ ਲਿਆਂਦੀ ਆ ਉਹ ਕਹਿੰਦੇ ਰਿਜ ਸਦਰਾਂ ਨਾਲ ਉਹ ਪਾਲਦੀ ਆਪਣੀ ਇੱਛਾਵਾਂ ਰੱਖਦੀ ਐ ਤੇ ਜਿਹੜੀ ਉਹਦੇ ਤੋਂ ਮੁਸੀਬਤਾਂ ਦੇ ਬੱਚੇ ਨੇ ਉਹਨੂੰ ਸਹਾਰ ਲੈਂਦੀ ਆਪਣੇ ਉੱਪਰ ਹੀ ਬੱਚੇ ਭਰਾਾਂ ਚ ਨਹੀਂ ਆਂਦਿੰਦੀ ਆਪਣੇ ਤੇ ਕਦੀ ਅੱਕਦੀ ਥੱਕਦੀ ਮੂਲ ਨਹੀਂ ਦੁੱਖ ਸਹਣ ਤੋਂ ਕਦੀ ਨਾ ਹਾਰਦੀ ਮਾਂ ਦੇ ਦੇ ਲੋਰੀਆਂ ਬੱਚਾ ਖਿਡਾਉਂਦੀ ਐ ਮਨੋ ਰਾਜੇ ਦੇ ਮਹਿਲ ਉਸਾਰ ਦੀ ਮਾਂ ਵਾਰੀ ਕੋਲੀ ਸਦਕੜੇ ਲੱਖ ਵਾਰੀ ਆ ਖਾ ਕੇ ਮੂੰਹ ਪੁਕਾਰਦੀ ਮਾਂ ਰਿੜ ਰਿੜਦਾ ਵੇਖ ਖੇੜਦਾ ਏ ਚਿਤੁਸਦਾ ਫੜਫੜਵਾਵਾ ਨੂੰ ਫੇਰ ਖਿਲਾੜਦੀ ਮਾਂ ਕਹਿੰਦੀ ਜਿਹੜੀ ਮਾਂ ਐ ਆਪਣੇ ਬੱਚੇ ਦੇ ਲਈ ਉਹ ਬਿਲਕੁਲ ਵੀ ਆਪਣਾ ਦੁੱਖ ਭੁੱਲ ਜਾਂਦੀ ਐ ਪਰ ਬੱਚੇ ਨੂੰ ਆਪਣੇ ਨੂੰ ਰਿਜਾ ਸਦਰਾਂ ਨਾਲ ਜੋ ਵੀ ਇਹ ਪਿਆਰ ਲਿਆੜ ਲੜਾਉਂਦੀ ਆ ਆਪਣੇ ਤੇ ਜਿਹੜਾ ਐ ਆਪਣੇ ਬੱਚੇ ਦੇ ਉੱਪਰ ਜੋ ਵੀ ਦੁੱਖ ਤਕਲੀਫ ਆਉਂਦੀ ਆਪਣੇ ਸਿਰ ਤੇ ਲੈ ਲੈਂਦੀ ਹੈ ਤੇ ਆਪਣੇ ਬੱਚੇ ਨੂੰ ਜਦੋਂ ਉਹ ਰੋੜਦਾ ਦੇਖਦੀ ਹੈ ਤਾਂ ਜਦੋਂ ਛੋਟਾ ਬੱਚਾ ਹੁੰਦਾ ਰੋੜਦਾ ਹੈ ਤਾਂ ਆਪਣੀ ਉਹ ਵੀ ਆਪਣੀ ਮਾਂ ਹੈ ਤਾਂ ਕੀ ਕਰਦੀ ਹੈ ਉਹਦੀ ਇਸ ਤਰ੍ਹਾਂ ਹੀ ਕਵਿਤਾ ਵਿੱਚ ਦੱਸਿਆ ਕਿ ਜਿਹੜਾ ਜਦੋਂ ਬੱਚਾ ਰੋੜਦਾ ਹੈ ਤਾਂ ਉਹਨੂੰ ਕੀ ਕਰਦੀ ਹੈ ਉਹਦਾ ਚਿੱਤ ਹੈ ਜਿਹੜਾ ਉਹ ਖੁਸ਼ ਹੋ ਜਾਂਦਾ ਹੈ ਚਿੱਤ ਕਿਹਾ ਜਾਂਦਾ ਦਿਲ ਨੂੰ ਕਿ ਜਿਹੜਾ ਚਿੱਤ ਉਹਦਾ ਖੁਸ਼ ਹੋ ਜਾਂਦਾ ਤੇ ਉਹਨੂੰ ਜੋ ਗਿਰ ਜਾਂਦਾ ਤਾਂ ਉਹਨੂੰ ਬਾਹਵਾ ਫੜ ਕੇ ਆਪਣੇ ਬੱਚੇ ਨੂੰ ਚੱਕ ਲੈਂਦੀ ਹੈ ਦਿਨੇ ਰਾਤ ਹੀ ਚਾ ਮਲਾਲ ਕਰਦੀ ਖਿੜਖਿੜ ਹੱਸਦੀ ਜਦੋਂ ਦੂਲਾਰ ਦੀ ਮਾਂ ਸਮਾਂ ਪਾ ਕੇ ਜਦੋਂ ਫਿਰਨ ਤੁਰਨ ਲੱਗੇ ਜਾਂ ਫਿਰ ਪਾਂ ਲਈ ਬਾਹਮਾ ਪਸਾਰਦੀ ਮਾਂ ਖੇਡਣ ਜਾਣ ਲਈ ਜਦੋਂ ਤਿਆਰ ਹੋਵੇ ਪਾਪਾ ਕੱਪੜੇ ਮੂੰਹ ਸਵਾਰਦੀ ਮਾਂ ਹਾਂਜੀ ਫਿਰ ਜ਼ਿਕਰ ਕੀਤਾ ਗਿਆ ਕਿ ਜਿਹੜਾ ਇਹ ਬੱਚਾ ਥੋੜਾ ਜਿਹਾ ਵੱਡਾ ਹੋ ਜਾਂਦਾ ਤਾਂ ਮਾਂ ਕੀ ਕਰਦੀ ਉਹਨੂੰ ਉਹਦਾ ਚਾਲ ਦੂਲਾਰ ਹੈ ਜਿਹੜਾ ਹੋਰ ਵੀ ਵੱਧ ਜਾਂਦਾ ਪਿਆਰ ਕਰਦੀ ਉਹਨੂੰ ਮਾਂ ਆਪਣੇ ਨਾਲ ਬੱਚੇ ਨੂੰ ਆਪਣੇ ਨੂੰ ਆਪਣੇ ਜੱਫੀ ਵਿੱਚ ਪਾਲਣਦੀ ਉਹਨੂੰ ਬੱਚੇ ਨੂੰ ਲੈ ਲੈਂਦੀ ਹੈ ਤੇ ਜੋ ਖੇਡਣ ਜਾਣ ਲੱਗਦਾ ਹੈ ਤਾਂ ਬੱਚੇ ਨੂੰ ਤਿਆਰ ਕਰਦੀ ਹੈ ਤਾਂ ਉਹਦੇ ਮੂੰਹ ਹੈ ਜਿਹੜਾ ਕੱਪੜੇ ਨਾਲ ਸਾਫ਼ ਕਰ ਦਿੰਦੀ ਹੈ। ਕਦੀ ਘੜੀ ਜੇ ਉਸ ਨੂੰ ਦੇਰ ਲੱਗੇ ਵਿੱਚ ਫਿਕਰ ਦੇ ਸਮਾਂ ਗੁਜ਼ਾਰਦੀ ਮਾਂ ਉਬੇ ਸਾਹ ਲੈਂਦੀ ਡੋਬੂ ਪੈਣਾ ਕੇ ਮੁਰਮੁਰ ਬਾਰੀ ਵਿੱਚੋਂ ਚਾਤੀਆਂ ਮਾਰਦੀ ਮਾਂ ਸੁਨੇ ਆਵਾਜ਼ ਉੱਤੇ ਸਾਹ ਵਿੱਚ ਸਾਹ ਆਵੇ ਮਿਰਚਾਂ ਲੈ ਕੇ ਸਿਰ ਤੋਂ ਬਾਰਦੀ ਮਾਂ। ਹਾਂਜੀ ਕਹਿੰਦੇ ਜੇ ਬੱਚਾ ਫੇਰ ਖੇਡਣ ਗਿਆ ਦੇਰ ਲਗਾ ਦਿੰਦਾ ਉਹਦੇ ਮਾਂ ਦਾ ਸਕੂਨ ਨਹੀਂ ਮਿਲਦਾ ਉਹਦੇ ਮਾਂ ਦੀ ਉਹਨੂੰ ਉਡੀਕ ਰੈਂਦੀ ਆਪਣੇ ਬੱਚੇ ਦੀ ਤਾਂ ਉਹ ਜਦੋਂ ਉਹਦਾ ਬੱਚਾ ਘਰ ਪਹੁੰਚ ਜਾਂਦਾ ਤਾਂ ਉਹਦੇ ਸਾਂ ਵਿੱਚ ਸਾਂਹ ਦਾਏ ਤੇ ਬੱਚੇ ਦੇ ਉੱਪਰ ਮਿਰਚਾ ਬਾਰ ਕੇ ਵਾਰਦੀ ਉਹ ਕਿ ਮੇਰੇ ਬੱਚੇ ਦੀ ਜਿਹੜੀ ਦੁੱਖ ਤਕਲੀਫ ਹੈ ਜਿਹੜਾ ਇਹਦੇ ਉੱਪਰ ਬੁਲਾਏ ਬੁਰੀ ਸਾਇਆ ਹੈ ਉਹ ਦੂਰ ਹੋ ਜਵੇ। ਦੁੱਖ ਰੋਗ ਜੇ ਕਦੇ ਕੋਈ ਆਣ ਲੱਗੇ ਬੋੜੀ ਕਰੋ ਕੋਈ ਫੇਰ ਪੁਕਾਰਦੀ ਮਾਂ ਦੌਲਤ ਪਾਣੀ ਦੇ ਵਾਂਗਰ ਰੋੜ ਦਿੰਦੀ ਸਰਫਾ ਕਰੇ ਨਾ ਉਸ ਦੁਖਿਆਰ ਦੀ ਮਾਂ ਭਾਵੇਂ ਕਿਡਾ ਹੀ ਬੱਚਾ ਨਲਾਇਕ ਹੋਵੇ ਉਹਨੂੰ ਫੇਰ ਵੀ ਨਹੀਂ ਦੁੱਧਕਾਰ ਦੀ ਮਾਂ ਅੰਮ੍ਰਿਤ ਸੱਚਾ ਹੈ ਸਾਕੇ ਇਹ ਆਂਦਰਾਂ ਦਾ ਸੱਚ ਮੁੱਚ ਦੀ ਪੁਤਲੀ ਪਿਆਰ ਦੀ ਮਾਂ ਹਾਂਜੀ ਫਿਰ ਮਾਦਾ ਦੱਸਦੇ ਨੇ ਬੱਚੇ ਬਾਰੇ ਦੱਸ ਰਹੇ ਨੇ ਮਾਦਾ ਜੋ ਪਿਆਰ ਹੈ ਕੀ ਕਹਿੰਦੇ ਜਦੋਂ ਬੱਚੇ ਨੂੰ ਕੋਈ ਤਕਰੀਫ ਆ ਜਾਂਦੀ ਤਾਂ ਮਾਂ ਜਿਹੜੀ ਪਾਣੀ ਹੈ ਜਿਹੜੇ ਪੈਸੇ ਵਾਂਗੂ ਬਹਾ ਦਿੰਦੀ ਹੈ ਤੇ ਆਪਣੇ ਬੱਚੇ ਨੂੰ ਬਚਾਣ ਲਈ ਕੀ ਕਰਦੀ ਹੈ ਕਹਿੰਦੇ ਸੱਚੀ ਮਾਂ ਦਾ ਜਿਹੜਾ ਜਿਹੜਾ ਦੁੱਧ ਪਲਾਂਦੀ ਉਹ ਅੰਮ੍ਰਿਤ ਆਏ ਮਾਂ ਵਰਗਾ ਪਿਆਰ ਕੋਈ ਨਹੀਂ ਕਰ ਸਕਦਾ ਕੀ ਮਾ ਦਾ ਜਿਹੜਾ ਪਿਆਰ ਹੈ ਸਭ ਤੋਂ ਵੱਖਰਾ ਪਿਆਰ ਹੈ ਜਿਹੜਾ ਆਪਣੇ ਬੱਚੇ ਲਈ ਉਹ ਕਰਦੀ ਹੈ ਮਾ ਦੇ ਲਈ ਕਹਿੰਦੇ ਬੱਚੇ ਸਾਰੇ ਇੱਕੋ ਜਿਹੇ ਹੁੰਦੇ ਨੇ ਚਾਹੇ ਉਹਨਾਂ ਦਾ ਬੱਚਾ ਨਲਾਇਕ ਹੋਵੇ ਤਾਂ ਪਰ ਪਿਆਰ ਉਹ ਬਰਾਬਰ ਦੇ ਕਰਦੀ ਹੈ ਸਾਰੇ ਬੱਚਿਆਂ ਨੂੰ ਸੋ ਇਹ ਸੀ ਆਪਣੀ ਕਵਿਤਾ ਇਹ ਤੋਂ ਨੈਕਸਟ ਆਪਾਂ ਬੁੱਕ ਵਰਕ ਕਰਾਂਗੇ ਆਪਾਂ ਨੂੰ ਕਾਪ 17 ਦਿੱਤੀ ਹੋਈਆਂ ਨੇ ਜੋ ਕਿ ਪੂਰੀਆਂ ਕਰਨੀਆਂ ਨੇ ਫਰਸਟ ਆਪਣੀ ਸੱਚ ਪੁੱਛੋ ਤਾਂ ਇਸ ਔਲਾਦ ਪਿੱਛੇ ਲੱਖਾਂ ਮੰਨ ਵਿੱਚ ਮੰਨਤਾ ਧਾਰ ਦੀ ਮਾ ਸੈਕਿੰਡ ਆਪਣਾ ਰਿੱਜਾ ਸਦਰਾ ਨਾਲ ਉਹ ਪਾਲਦੀ ਐ ਸਿਰੂ ਤੇ ਔਂਕੜਾ ਲੱਖ ਸਹਾਰਦੀ ਮਾਂ ਤ੍ਰਿਡ ਦਾ ਵੇਖ ਖੇੜਦਾ ਏ ਚਿੱਤੂ ਸਦਾ ਫੜਫੜਵਾਵਾ ਨੂੰ ਫੇਰ ਖਿਲਾਰਦੀ ਮਾਂ ਤੇ ਲਾਸਟ ਆਪਣਾ ਫੋਰਥ ਸੁਨੋ ਆਵਾਜ਼ ਉੱਤੇ ਸਾਂ ਵਿੱਚ ਸਾਂ ਆਵੇ ਮਿਰਚਾ ਲੈ ਕੇ ਸਿਰ ਤੋਂ ਵਾਰਦੀ ਮਾਂ ਸੋ ਇਹ ਸੀ ਆਪਣੀਆਂ ਬੁੱਕ ਵਰਕ ਜੋ ਕਿ ਕਾਪਸਤਰਨ ਪੂਰੀਆਂ ਕਰਨੀਆਂ ਸੀ ਤੁਸੀਂ ਤੁਸੀਂ ਵੀ ਆਪਣੀ ਬੁੱਕ ਦੇ ਉੱਪਰ ਨੀਟ ਐਂਡ ਕਲੀਅਰ ਰਾਈਟਿੰਗ ਨਾਲ ਰਾਈਟ ਡਾਊਨ ਕਰਨੀ ਹੈ ਤੇ ਕਵਿਤਾ ਨੂੰ ਚੰਗੀ ਤਰ੍ਹਾਂ ਪੜ੍ਹਨਾ ਹੈ ਤੁਸੀਂ ਸੋ ਥੈਂਕਸ